ਸਤਿ ਸ਼੍ਰੀ ਅਕਾਲ ਦੋਸਤੋ, ਆਇਲਸ ਪਲਾਜ਼ਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਗੱਲ ਕੈਨੇਡਾ ਤੋਂ ਆਈ ਵੱਡੀ ਖਬਰ ਦੀ ਕਰਾਂਗੇ, ਸਟੂਡੈਂਟਾਂ ਦੇ ਬਾਰੇ ਵੱਡੀ ਖਬਰ ਹੈ। ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅੱਗੇ ਚੱਲ ਕੇ ਜੋ ਵੀ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਪਹੁੰਚਦੀ ਰਹੇ। ਜਿਵੇਂ ਕਿ ਤੁਹਾਨੂੰ ਪਤਾ ਵੀ ਜੇ ਤੁਸੀਂ ਵੀ ਕੈਨੇਡਾ ਜਾਣ ਦੇ ਚਾਹਵਾਨ ਹੋ, ਸਟੂਡੈਂਟ ਹੋ ਅਤੇ ਹਜੇ ਆਇਲਸ ਕਰ ਰਹੇ ਹੋ ਜਾਂ ਕੋਈ ਵੀ ਇੰਗਲਿਸ਼ ਪ੍ਰੋਫੀਸ਼ੈਂਸੀ ਟੈਸਟ ਤੁਸੀਂ ਦੇ ਰਹੇ ਹੋ ਅਤੇ ਤੁਹਾਡਾ ਸੁਪਨਾ ਕੈਨੇਡਾ ਜਾਣ ਦਾ, ਤਾਂ ਕੈਨੇਡਾ ਤੋਂ ਵੱਡੀ ਖਬਰ ਆ ਰਹੀ ਹੈ। ਕੈਨੇਡਾ ਦੇ ਵਿੱਚ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਵੀ ਕੈਪ ਲੱਗਿਆ ਹੋਇਆ, ਕੈਨੇਡਾ ਨੇ ਲਿਮਿਟਡ ਹੀ ਸਟੂਡੈਂਟ ਵੀਜ਼ਾ ਦੇਣੇ ਆ, ਅਤੇ ਹੁਣ ਇਹ ਖਬਰ ਨਿਕਲ ਕੇ ਆਈ ਹੈ ਵੀ 50% ਅਪਰੂਵਲ ਰੇਟ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਆ। 1,52,000 ਬੱਚਿਆਂ ਨੇ ਕੈਨੇਡਾ ਦੇ ਲਈ ਅਪਲਾਈ ਕੀਤਾ ਸੀ, ਉਹਨਾਂ ਦੇ ਵਿੱਚੋਂ ਕੇਵਲ 76,000 ਬੱਚਿਆਂ ਨੂੰ ਹੀ ਕੈਨੇਡਾ ਦੀ ਸਰਕਾਰ ਦੇ ਵੱਲੋਂ ਸਟੂਡੈਂਟ ਵੀਜ਼ਾ ਅਪਰੂਵ ਕੀਤਾ ਗਿਆ। ਇਹ ਮਤਲਬ ਕਿ 50% ਦਾ ਅਪਰੂਵਲ ਰੇਟ ਘੱਟ ਚੁੱਕਿਆ ਕੈਨੇਡਾ ਤੋਂ, ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਅਤੇ ਨਾਲ ਦੀ ਨਾਲ ਮਾਰਚ ਮਹੀਨੇ ਦੇ ਵਿੱਚ ਬਹੁਤ ਹੀ ਘੱਟ ਬੱਚਿਆਂ ਨੇ ਕੈਨੇਡਾ ਦੇ ਵਿੱਚ ਅਪਲਾਈ ਕੀਤਾ, ਯਾਨੀ ਕਿ ਜੋ ਬੱਚੇ ਕੈਨੇਡਾ ਦੇ ਵਿੱਚ ਅਪਲਾਈ ਕਰ ਰਹੇ ਨੇ ਉਹਨਾਂ ਦੀ ਗਿਣਤੀ ਵੀ ਲਗਾਤਾਰ ਘੱਟ ਰਹੀ ਹੈ। ਇੱਥੋਂ ਤਾਂ ਖਬਰ ਇਹ ਵੀ ਨਿਕਲ ਕੇ ਆ ਰਹੀ ਨੇ ਵੀ ਕੁਝ ਕਾਲਜਾਂ ਨੇ ਆਪਣੀਆਂ ਕਲਾਸਾਂ ਵੀ ਜਿਹੜੀਆਂ ਕੈਂਸਲ ਕੀਤੀਆਂ ਨੇ, ਇਹ ਖਬਰ ਵੀ ਨਿਕਲ ਕੇ ਆ ਰਹੀ ਹੈ। ਤਾਂ ਕੁੱਲ ਮਿਲਾ ਕੇ ਆਉਣ ਵਾਲੇ ਸਮੇਂ ਵਿੱਚ ਇੱਦਾਂ ਨਹੀਂ ਕਹਿ ਰਹੇ ਵੀ ਕੈਨੇਡਾ ਦਾ ਵੀਜ਼ਾ ਨਹੀਂ ਮਿਲੂਗਾ, ਪਰ ਜਿਹੜੀ ਤਕੜੀਆਂ ਸਟਰੋਂਗ ਫਾਈਲਾਂ ਨੇ ਉਹਨਾਂ ਦੇ ਵੱਲ ਹੀ ਕੈਨੇਡਾ ਜਾ ਰਹੇ ਆ। ਅਤੇ ਨਾਲ ਦੀ ਨਾਲ ਕਿਉਂਕਿ ਬਾਕੀ ਜਿਹੜੇ ਬੱਚੇ ਸੀ ਜਿਹੜੇ ਅੜੇ ਉੜੇ ਸੀ ਉਹ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਲੰਘੇ, ਅਤੇ ਉੱਥੇ ਜਾ ਕੇ ਉਹ ਹੋਰ ਤਰੀਕੇ ਨਾਲ LMI ਲੈ ਰਹੇ ਨੇ ਜਾਂ ਫਿਰ ਸਟੱਡੀ ਵੱਲ ਜਾ ਰਹੇ ਨੇ। ਪਰ ਜੋ ਇੰਡੀਆ ਤੋਂ ਐਜ਼ ਅ ਸਟੂਡੈਂਟ ਅਪਲਾਈ ਕਰਦੇ ਸੀ ਪੰਜਾਬ ਤੋਂ ਖਾਸ ਕਰਕੇ, ਉਹ ਪਹਿਲਾਂ ਗਿਣਤੀ ਬਹੁਤ ਹੀ ਜ਼ਿਆਦਾ ਸੀ, ਪਰ ਉਸ ਤੋਂ ਬਾਅਦ ਕੈਨੇਡਾ ਨੇ ਕੁਝ ਰੂਲ ਚੇਂਜ ਕੀਤੇ। ਸਭ ਤੋਂ ਪਹਿਲਾਂ ਵੱਡਾ ਰੂਲ ਜਦੋਂ ਜਿਹੜੀ ਕਿ ਆਪਣੀ ਇਹਨਾਂ ਨੇ GIC ਡਬਲ ਕੀਤੀ, ਉਸ ਤੋਂ ਬਾਅਦ ਕਾਫੀ ਬੱਚਿਆਂ ਨੇ ਕੈਨੇਡਾ ਤੋਂ ਜਿਹੜੇ ਪੈਰ ਸੀ ਪਿੱਛੇ ਨੂੰ ਪੁੱਟੇ। ਉਸ ਤੋਂ ਬਾਅਦ ਕੈਨੇਡਾ ਦੀ ਸਰਕਾਰ ਦੇ ਵੱਲੋਂ ਨਵਾਂ ਰੂਲ ਲਿਆਂਦਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕੈਪ ਲਗਾ ਦਿੱਤਾ ਗਿਆ, ਅਤੇ ਜਿਹੜੇ +2 ਪਾਸ ਗਰਲ ਸੀ ਉਹਨਾਂ ਨੂੰ ਸਪਾਊਸ ਦੇ ਨਾਲ ਐਂਟਰੀ ਦੇਣੀ ਬੰਦ ਕਰ ਦਿੱਤੀ। ਉਸ ਤੋਂ ਬਾਅਦ ਇੱਕ ਬਹੁਤ ਵੱਡਾ ਡਰੋਪ ਕੈਨੇਡਾ ਦੇ ਵੀਜ਼ਾ ਵਿੱਚ ਪਿਆ, ਐਪਲੀਕੇਸ਼ਨਾਂ ਦੇ ਵਿੱਚ ਪਿਆ, ਅਤੇ ਹੁਣ ਕੈਨੇਡਾ ਵਿੱਚ ਵਰਕ ਪਰਮਿਟ ਨੂੰ ਲੈ ਕੇ ਕਾਫੀ ਰੌਲਾ ਚੱਲ ਰਿਹਾ। ਅਤੇ ਹੁਣ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਕੈਨੇਡਾ ਦੇ ਵਿੱਚ ਬੱਚੇ ਅਪਲਾਈ ਫਿਲਹਾਲ ਦੀ ਘੜੀ ਐਜ਼ ਆ ਸਟੂਡੈਂਟ ਨਹੀਂ ਕਰਨਾ ਚਾਹ ਰਹੇ, ਅਤੇ ਇਹੀ ਕਾਰਨ ਹੈ ਕਿ ਐਪਲੀਕੇਸ਼ਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਅਪਰੂਵਲ ਰੇਟ ਦੇ ਵਿੱਚ ਤਾਂ ਗਿਰਾਵਟ ਦਰਜ ਕੀਤੀ ਹੀ ਜਾ ਰਹੀ ਹੈ। 1,52,000 ਦੇ ਵਿੱਚੋਂ ਕੇਵਲ 76,000 ਵੀਜ਼ੇ ਅਪਰੂਵ ਕੀਤੇ ਗਏ ਨੇ। ਬਾਕੀ ਇਸ ਦੇ ਬਾਰੇ ਕੋਈ ਵੱਡੀ ਅਪਡੇਟ ਆਉਂਦੀ ਹੈ ਚੈਨਲ ਦੇ ਉੱਤੇ ਸ਼ੇਅਰ ਕਰਾਂਗੇ। ਧੰਨਵਾਦ ਜੀ ਸਾਰਿਆਂ ਦਾ।